हैलो एंड वेलकम टू की हाल चाल। थोड़ा सारा स्वागत है एक होर नवे ब्लॉग के किदा मित्रों। हो तुम सारे घैंट होवोगे तो घर बैठा पीसी मूहरे पीसी भी नहीं चलाया, ठीक है। सो क्यों बैठा बैठा भाई बंदा ना एक मिनट लई इंस्टाग्राम खोल लवे एक मिनट लई। आ जी उंगल ना ये वड्डी जानी चाहिए है बंदा आए 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 सकरोल सकरोल तो जे यूट्यूब खोल लो उत्थे थंबनेल ही कल्ले वेखे ने यूट्यूब पर कुछ देखने नहीं चाहिदा हुंदा। उवें ही मेरे हिसाब नाल साडे वीडियो नाल भी हो गया। पता नहीं क्यों मैं कहना माहौल ही ऐसा जिहा बणिया पिया वा दिनां च हुंदा हर साल ही, ठीक है, क्योंकि पांच छे साल हो गए हुण यूट्यूब ते बड़े नूं। ते इह चीज़ मैं दस सकदा कि हरेक साल कुछ क टाइम इह जिहा हुंदा जदों कुछ भी नहीं देखण नूं जी करदा हुंदा ते यूट्यूब ते शॉर्ट्स आ इंस्टाग्राम ते रील्स आ बस इहनूं ही स्क्रोल करी जांदा रहिंदा बंदा। सो उह फेज़ आया वा हुण ਤਾਂ ਕਰਕੇ ਵੀਡੀਓ ਉੱਤੇ ਵਿਊ ਗਿਆ ਸਾਰਿਆਂ ਦੇ ਜ਼ਿਆਦਾਤਰ ਡਾਊਨ ਹੈ, ਯੂਟਿਊਬ ਵੀ ਪੂਰੀ ਡਾਊਨ ਹੋਈ ਪਈ ਹੈ। ਸੋ ਆਪਾਂ ਆਊਗੀ ਫਿਰ ਨਜ਼ਾਰੇ ਆਉਣਗੇ, ਪੈਸਾ ਹੀ ਪੈਸਾ ਹੋਊਗਾ, ਠੀਕ ਹੈ। ਸੋ ਪਿੰਡ ਨੂੰ ਚੱਲਦੇ ਹਾਂ, ਲੱਟੀ ਵੀ ਅੱਜ ਇਹਨੇ ਘਰੇ ਹੀ ਹੋਊਗਾ, ਅੱਜ ਕੁਛ ਖੁਰਾਫਾਤੀ ਕਰਦੇ ਹਾਂ ਜੋ ਤੁਸੀਂ ਥੰਬਨੇਲ 'ਚ ਦੇਖਿਆ ਹੋਊਗਾ, ਜੋ ਕਿ ਹਜੇ ਮੈਨੂੰ ਨਹੀਂ ਪਤਾ, ਮੇਰੇ ਲਈ ਸਸਪੈਂਸ ਹੁੰਦਾ ਤੁਹਾਡੇ ਲਈ ਨਹੀਂ। ਸੋ ਚੱਲਦੇ ਹਾਂ। ਨਸ਼ੇ ਕਰਦੇ ਨੇ ਇਹ, ਨਸ਼ੇ ਵਾਲੀਆਂ ਸ਼ੀਸ਼ੀਆਂ ਪੀਂਦੇ ਨੇ, ਰੈੱਡ ਬੁੱਲ ਸਟਿੰਗ, ਰੈੱਡ ਬੁੱਲ ਤਾਂ ਬਜਟ ਤੋਂ ਬਾਹਰ, ਸਟਿੰਗ ਅੱਧੇ ਭਲੇ ਤੇਰੇ। ਚੱਲ ਚੱਲ ਮੋੜ ਕੇ ਲਿਆ ਮਿੱਤਰੋ, ਡਰੈਗਨ ਦਾ ਥੋੜ੍ਹਾ ਜਿਹਾ ਸਾਫ਼ ਸਫਾਈ ਕਰਨਾ, ਮੈਂ ਹੀ ਰੱਖੀ ਆ ਹੁਣੇ ਇੱਥੇ, ਪਤਾ ਨਹੀਂ ਕਿਹਦੀ ਆ। ਅਤੇ ਕਹਿੰਦੇ ਟੈਂਕੀ ਸਾਫ਼ ਕਰਨੀ ਇੱਕ ਤਾਂ ਇਹਦੀ, ਹੈ ਨਾ ਲਾਡੀ ਆਪਾਂ, ਅਤੇ ਦੂਜਾ ਕੰਮ ਕਰਨਾ ਇਹਦੇ ਸੈਂਸਰ ਲਾਉਣਾ ਰੀਹ ਨਾਲ, ਤੀਜਾ ਕੰਮ ਕਰਨਾ ਇਹਦਾ ਫਿਲਟਰ ਚੈੱਕ ਕਰਨਾ ਏਅਰ ਕਲੀਨਰ ਦਾ ਕਿਵੇਂ ਆ, ਠੀਕ ਹੈ। ਅਤੇ ਉਦੋਂ ਬਾਅਦ ਫਿਰ ਤੁਹਾਨੂੰ ਅਗਲਾ ਪ੍ਰੋਸੈਸ ਦੱਸਦੇ ਹਾਂ ਕੀ ਆ, ਇੰਨਾ ਕਰ ਲਓ ਤੇਲ ਕੱਢ ਕੇ ਆਪਾਂ ਵੀ ਚੱਲਦੇ ਹਾਂ, ਪਤਾ ਨਾ ਲੱਗ ਜੇ ਹੈਪੀ ਨੂੰ, ਹੋਰ ਹੈਪੀ ਨੂੰ ਕੀ ਪਤਾ ਲੱਗਣਾ ਘੁੱਗੂ ਹੈਗਾ, ਅੱਜ ਇਕੱਠੇ ਹੀ ਮੂਤੀ ਜਾਂਦਾ ਨਾ ਬਾਅਦ ਬਾਅਦ ਚਾੜਿਆ। ਫਿਲਟਰ ਜਿਹਾ ਹੁੰਦਾ ਮੇਰੇ ਤੋਂ ਇੱਕ ਨਿੱਕਾ ਜਿਹਾ ਵਿੱਚ, ਉਹ ਚੈੱਕ ਕਰਨਾ ਕਿ ਕਿੰਨਾ ਕੁ ਬੰਦ ਬੁੰਦ ਹੈ, ਗੱਬ ਬੰਦ ਹੀ ਹੋਊਗਾ, ਟੈਂਕੀ 'ਚ ਪਾਣੀ ਮਾਰ ਕੇ ਧੋ ਦੇਗੇ ਵਿੱਚੋਂ, ਹੈ ਨਾ। ਇਹ ਆਹ ਖੋਲ ਲਾਂਗੇ ਤੁਹਾਡੀ ਨਿਰੀ ਅੱਗ ਕੱਢ ਦੇ, ਮੈਂ ਵੇਖ ਕੇ ਕਰੀ ਕਿੰਨੀ ਉਹ ਵੇਖੀ ਅੱਧਾ ਕਿੱਧਰ ਨਹੀਂ ਜਾ ਵੜਿਆ ਯਾਰ, ਪੈਪ ਨਾਲ ਨਾਲ ਹੀ ਜਾਣਾ ਇਹਦੇ ਅਲੱਗ ਅਲੱਗ ਮਹਿੰਗੀ ਆ ਮੈਂ ਇਹਦੀ ਲਿਆਂਦੀ ਤਾਂ ਸੀਗੀ, 30-40 ਦੀ ਕਿੱਟ ਜੀ ਆ ਮੇਰੇ ਹਿਸਾਬ ਨਾਲ, ਨਹੀਂ ਉਹ ਚੀਜ਼ ਮਹਿੰਗੀ ਆ ਉਹ। ਫਿਰ ਕਿਹੜੇ ਟਰੈਕਟਰ ਦੀ ਪਾਈ ਸੀ ਯਾਰ, ਤੇਰੇ ਵਾਲੇ ਦੀ ਲੈ ਕੇ ਆਇਆ ਸੀ 30 ਪਤਾ ਨਹੀਂ 40 ਦੀ ਯਾਰ, ਨਹੀਂ ਉਹ ਜਿਹੜਾ ਤਾਂਬਾ ਹੁੰਦਾ ਯਾਰ ਉਹਦੇ ਕਰਕੇ ਮਹਿੰਗੀ ਆ ਇਹ, ਨਹੀਂ ਨਹੀਂ ਕੱਲਾ ਫਿਲਟਰ ਜਾ ਨਹੀਂ ਆਪਾਂ ਤਾਂ ਸਾਰੀ ਬਦਲੀ ਉਹਦੀ, ਆ ਰਵੜ ਜੀ ਦੀ ਗੱਲ ਕਰਦਾ ਮੈਂ, ਮੇਰਾ ਆ ਜਿਹੜਾ ਮਾੜਾ ਟੀਡਾ ਕਰ ਲਾ ਸਕੂਟਰ ਨੂੰ ਚੱਕਾ ਲਾਇਆ ਤਾਂ ਆ ਗਿਆ ਤੇਲ, ਆਏ ਨਹੀਂ ਆਉਣਾ ਹੁਣ ਇਹ ਤੇਲ ਜਾ ਵੀ ਨਤਾਰ ਕੇ ਮੈਂ ਕਹਿੰਦਾ ਕਈ ਨੀਜੀ ਚ ਪਾ ਕੇ ਪਾਲਾ ਗੱਲ ਜਾਂ ਤਾਂ ਹੈਣੀਗਾ ਕੱਪੜਾ ਲਾ ਕੇ ਹੈਗਾ ਤਾਂ ਕੀ ਕਰੀ ਦੋ ਤਿੰਨ ਰੀਲਾਂ ਬਣ ਗਈਆਂ ਇਹਨੇ ਨਾਲ, ਹੋਰ ਕੋ ਬਣ ਜਣਾ ਆ ਇਹ, ਇੰਨਾ ਇੰਨਾ ਕਹਿੰਦਾ ਇਹਦਰ ਇੰਨਾ ਕ ਘਰੇ ਪਹੁੰਚਾ ਦਿੰਦਾ ਹੁੰਦਾ ਮੈਨਾਂ ਤੂੰ ਗਰਮ ਹੋਣ ਦੇਣ ਖਾ ਜਾਣਾ ਮੇਰੇ ਹਿਸਾਬ ਨਾਲ, ਜਿਹੜਾ ਹਿਸਾਬ ਨਾਲ ਰਾਤੀ ਗਲ ਵਧਿਆ ਲੱਛੀ ਤੇ ਇਹਦੀ ਨੀ ਤੇਰੀ ਕਰਦਾ ਜਿਹੜਾ ਤੂੰ ਵਧਾਇਆ ਇੰਨਾ ਬਣਾ ਗੱਲ, ਮੈਂ ਥੋੜਾ ਵਧਾਇਆ ਯਾਰ ਆਪੇ ਹੀ ਵਧਿਆ ਬੁਧਿਆ ਪਿਆ ਵਾ, ਆਪਾਂ ਗਿਣ ਕੇ ਚੂੜੀਆਂ ਵਧਾਈਆਂ ਗਿਣ ਕੇ ਘਟਾਈਆਂ ਵਾ ਹੁਣ, ਮੈਂ ਹੋਰ ਘਟਾਉਣ ਵਾਲਾ ਹੁਣ, ਮੈਂ ਕਹਿੰਦਾ ਵਧਾਉਣ ਵਾਲਾ ਵਾ ਜੇ ਸਾਨਾ ਜ਼ੋਰ ਜਿਹਾ ਮਾਰਦਾ ਜੋ ਇੰਜਨ ਚ ਹੁੰਦਾ ਹੁਣ ਉਹਦਾ ਮਤਲਬ ਚੀਜ਼ ਖਤਮ ਹੋ ਜਾਂਦੀ ਇੱਕ ਟਾਈਮ ਤੇ, ਉਹ ਟੇਪ ਜੀ ਪਈ ਹਨਾ ਉਹ ਲਪੇਟ ਕੇ ਲਾ ਦਾਂਗੇ, ਪਈ ਆ ਕੰਮ ਆ ਗਈ 20 ਰੁਪਏ ਕੰਮ ਤਾਂ ਆ ਹੀ ਜਾਂਦੇ ਕਿਤੇ ਵੀ ਚੱਲ ਸਮੈਲ ਕਹਿ ਜੀ ਆਏ
ਲੋ ਮਿੱਤਰੋ ਟ੍ਰੈਕਟਰ ਤੇ ਆਪਾਂ ਨਵਾਂ ਜਗਾੜ ਕਰਤਾ ਪਾਣੀ ਦੇ ਚੱਲਣ ਲਾਉਦਾ ਟੈਂਕੀ ਫੁੱਲ ਕਰ ਲਾ ਕਰਾਂ ਹੈਪੀ ਚੱਲਦੇ ਮੁੜ ਕੇ ਰੀਲਾਂ ਬਣਾਉਣ ਭਰ ਗਈ ਲੱਗਦੀ ਹੈ ਜਿਹੜਾ ਸਾਨੂੰ ਆਵਾਜ਼ ਆਉਂਦੀ घटो घट महीना ना कोई काम तेन मैं ट्रैक्टर दे दू चक्कर पता की होया मित्रो देखो कमाल दी की कहिंदे चल चल हो गया जाओ भी मित्रों कास्ता रीनल सलांसर करो चेक है हैप्पी कास्ता मैं क्या ठीक है भाई बड़ा बढ़िया काम किया यार वट वट के कास्ता तू और को चाहिए हो तो दस ना बस सुनी तो सही की गई दसा मैं की कहंदा ई जो ग्राइंडर चलदा ई मुंह तू कैसे बनाउंदा ईगा चोक रेस ती चली जाना हजे माड़ी रेस दे 400 RPM में बंद हो जू गेयर पाउंदे ओहो ओहो गेयर ही निकल गया तेरे तो ठीक 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 ठक 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 नीला धुआं मीस मकलैल चल रहा है बर्फ होगी मैं चल तू मिट्टी जी फीलिंग लै ला जल जावे तो देखी जाऊगी वेख ला इतू बाद मिट्टी जी बलना जिथे लाई जाते चल गए रोड चढ़ा चल आ मेरा ना ना पत्थर तो जावे यार खुब गया फिर टायर तू चक कट लेना आप चक्के कोई नहीं अपने पास ऐ बनाए जिसे फसल पकड़ा करा कहना जानता वेख के कह दें स्लैप जो एक टायर बन के पकाने का पत्थर इना पानी कड़ता रोकना भी नहीं टायर हां नहीं बाकी यार करा बहुत कर देंगे चल 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 ना ना ब्रेक है ना मार ट्रक
ਬਾਲੀ ਆ ਗਾਦਾ ਨਰੀ ਯਾਰ ਇਹ ਤਾਂ ਨਹੀਂ ਲੰਘਣ ਦਿੰਦਾ ਇੰਟਰ ਕੂਲਰ ਕਿੱਡਾ ਮਿੱਤਰੋ ਇਹਦਾ ਰੇਡੀਏਟਰ ਮੂਰੇ ਹੋਲ ਮੂਰੀਆਂ ਦਾ ਇੰਟਰ ਕੂਲਰ ਆ ਕਰਾਸ ਜੇ ਚੱਲਦੇ 4x4 ਆ ਇਹ ਹਾਂ ਇਹੀ ਚੱਲਦੇ ਮਿੱਟੀ ਖਿੱਚ ਕੇ ਲੈ ਆਨੇ ਜਦ ਬਾਲੀ ਤਗੜੀ ਐਟਮ ਆ ਬਾਬਾ ਚੱਲ ਆ ਵੀ ਬਹੁਤ ਤਗੜੀ ਸ਼ੈ ਵਾ ਝੋਟਾ ਹੈ ਲਕੂਗੀ ਵੱਡੇ ਰੇਟਰ ਦੀ ਐ उठ गई बेचारी डर गई ना हौली हौली ये लिहाज पाला गया पर तेन तो नहीं देगी ओए तेन तो नहीं देगी नहीं नहीं दो ही आ हाँ भाई लाडी किधर नू क्या की पता लगता कह तेल तूल छट लिया यदा आ काम तो अजे बहुत बड़ा लगता मैंने हाँ हूँ हट गया माड़ी मारी देख मकारा सर जी है तेरी करूगा कोई थां नहीं सुरमा अखां विच पाया ना कर की गल जे बुढ़ी वाली भी आ भी होनी पई बस आही कोई सी मैनू कहना मैं आज कोई तूफान नहीं करते हैं धुआं किन्ना मारदा यार धुआं बड़ा नहीं मारदा यार भाई सिरे ला के सवाद होंदा जो क्रच जां नप के छड़ी तां फिर होर धक्का मारदा चल गया ना नवा निकोर खड़ा
ਥੱਲੇ ਬੜੇ ਕੱਢਣੇ ਅੱਜ ਨਹੀਂ ਆਣੇ ना ना चल चले घर नु सुखी सांदी सुखी सांदी चले हजे तां तू तां कहंदा सीगा बच गए पर बचा हो गया पता भी नहीं कोई 10 मिंट बाद कोई सप निकलया नहीं नहीं कोई नहीं हुंदा हुण सही आ वेख लिया चला के चल सही आ नहीं मुड़ता नहीं जन हला फूल आ ब्रेक घट लैंदा ब्रेकां दी आवाज ही सीगी ओह ओदे विच सही आ नहीं आने ओह उथों मुड़ना ही वाहन चोदे हुण हौली जाण दे हौली जाण दे लै मैं तेरे आ गए पै घर वाली पई ते सुखी सांदी मुड़े आए आ चोकरा रब दा कसर तां कोई इहने छड्डी नहीं सी जी थोड़ा भननी है ये भी सही है जिन्ना टाइम को भनो ना तो जो फिर 60-70 हज़ार ला के एक वीडियो ना बनाओ हम म्यूजिक फैशन की वीडियो 60-70 हज़ार की बनो 3 बन जाने 4 बन जाने उदू बाद फिर इन्हों नवा चाहिए ਇਹਦੀ ਮਸਾਜ ਕਰਦੀ ਬੂਕ ਲੈ ਕੇ ਦਵਾਂ ਤੇਲ ਇਹ ਕੀ ਹੋ ਰਿਹਾ ਹੈ ਮੈਕੂ ਹਾਏ ਹਾਏ ਬੈ ਆਪਣਾ ਪਾਣੀ ਨਾ ਪਾ ਦਿੱਤੇ ਖਿੜ ਲੈ ਵਿੱਚ ਲਓ ਵੀ ਮੇਤਰੋ ਬੋਲਡ ਵੀ ਧੋ ਦੇਣਾ ਹੁਣ ਅਸੀਂ ਤੇ ਸਾਡਾ ਮੈਕੂ ਵੀ ਧੋ ਦੇਣਾ ਪਾਸ ਮਾਰ ਲਾਂਗੇ ਠੀਕ ਆ ਵਿੱਚ ਚਾਰ ਰੋਕ ਲੋ ਨਹੀਂ ਮੰਮੀ ਨੇ ਪਰਵਾਜਾ ਸਾਰੀ ਦੁਨੀਆ ਮੇਤਰੋ ਆਪ ਵੀ ਨਾਲੇ
ਤੇ ਕਹਿੰਦੇ ਬੁਲਟ ਨੂੰ ਵੀ ਨਵਾਤਾ ਬੜਾ ਗੰਦਾ ਜਿਹਾ ਹੋਇਆ ਪਿਆ ਸੀ। ਹੁਣ ਮੂਵਮੈਂਟ ਆਫ ਤਰੁੱਥ ਵਾਲੀ ਕਹਿੰਦੇ ਉਹ ਗੱਲ ਹੈ ਕਿ ਸਟਾਰਟ ਹੋਊਗਾ ਕਿ ਨਹੀਂ। ਪਹਿਲਾਂ ਦੱਸ ਦਿੰਦਾ ਮੈਂ ਦੋਵੇਂ ਪਾਸੇ ਕੋਇਲਾਂ ਕੂਲਾਂ ਅਤੇ ਸਾਰੇ ਕਿਤੇ ਬਾਈ ਹੇਡ ਡ੍ਰਾਇਰ ਮਾਰਤਾ ਹੋ ਜਾਈਏ ਲਾਜ ਰੱਖ ਲਈ। ਲਓ ਜੀ ਪਹਿਲੀ 'ਤੇ ਤਾਂ ਨਹੀਂ ਹੋਇਆ, ਦੂਜੀ ਤਾਂ ਸਹੀ ਵੱਜੀ ਨਹੀਂ। ਨਾ ਬਾਈ ਇਹ ਤਾਂ ਲਹੂ ਪੀਣਾ ਹੈ, ਲਹੂ ਪੀਣਾ। ਫੜਦਾ ਰੇਸ ਹੌਲੀ ਹੌਲੀ ਹੁਣ ਕੋਈ ਨਾ। ਇਹ ਛਬੀਲਾਂ ਦੇ ਕੰਮ ਕਰੂਗਾ, ਇਹ ਛਬੀਲਾਂ ਲੱਗਣਗੀਆਂ ਹੋਕਾ ਦੇਣ ਵਾਸਤੇ ਯਾਰਾ ਬੇਲਿਆਂ ਨੂੰ। ਇਹਨਾਂ ਵਰਗੇ ਨੇ ਫੇਰ ਹੀ ਡੋਲੂ ਲੈ ਕੇ ਆਇਆ ਕਰਦਾ ਵਾ। ਅਸੀਂ ਜਾਂਦੇ ਹਾਂ ਡੋਲੂ, ਡੋਲੂ ਥੋੜੋ ਲਿਜਾਣੇ ਤੁਸੀਂ, ਤੁਸੀਂ ਉੱਥੇ ਹੀ ਤੁਹਾਡਾ ਉੱਥੇ ਹੀ ਡੇਰਾ ਹੁੰਦਾ ਵਾ। ਇੱਥੋਂ ਆਪਾਂ ਬੋਲਟ ਦੇ ਖੜਾ ਦਿਆ ਕਹਿੰਦਾ ਬਾਈ ਜੀ ਮੋਗਾ ਰੋਡ ਤੇ ਛਬੀਲ ਲੱਗੀ ਹੈ, ਡੋਲੂ ਵੀ ਕਹਿੰਦੇ ਭਰੇ ਜਾਣਗੇ। ਡੋਲੂ ਯਾਰ ਡੋਲੂ ਕੀ ਕਰਨੇ, ਰੂਹਾਂ ਤੇ ਵਾਲੀ ਬੋਤਲ ਦੀ ਪਵਾ ਲਿਆ ਕਰਦਾ। ਮੈਨੂੰ ਕੀ ਗੱਲ ਕਰਦਾ, ਡਰਮ ਲੈ ਕੇ ਜਾਈਦੇ ਆ। ਇੰਨਾ ਵੀ ਨਹੀਂ ਯਾਰ, ਝੂਠ ਥੋੜਾ ਬੋਲਦਾ। ਡੋਲੂ ਵਾਲੀ ਗੱਲ ਤਾਂ ਸੱਚ ਗੱਲ ਕਰ, ਜਿਹੜੀ ਕਰਦਾ ਤੂੰ ਦੱਸ। ਵੱਤ ਰੂਹਾਂ ਤੇ ਵਾਲੀ ਬੋਤਲ ਚ ਪਵਾ ਲਿਆ ਉੱਥੇ ਹੀ ਬੋਤਲ ਭਰ ਲੈਣਾ। ਅਸਲ ਸਹੀ ਸਹੀ ਦੱਸਣਾ, ਬਾਲਟੀ ਤਾਂ ਲੈ ਕੇ ਜਾਈਦੀ ਆ। ਮਿੱਤਰੋ ਇੱਕ ਚੋਕਲੇਟ ਤੇ ਦਹਾਂ ਦੀ ਮੈਗੀ, ਮੈਗੋ ਦੇ ਚੋਕਲੇਟ ਲੈ ਕੇ ਚੱਲਿਆ ਅਤੇ ਆਪਣੇ ਵਾਸਤੇ ਰਾਤ ਦਾ ਖਾਣਾ ਦੇਣਾ, ਰੋਟੀਆਂ ਤੋਂ ਬਾਅਦ ਵਾਲਾ, ਠੀਕ ਹੈ। ਅਤੇ ਕੱਲ੍ਹ ਨੂੰ ਮਿੱਤਰੋ ਬੋਲਟ ਦੀ ਮੋਡੀਫਿਕੇਸ਼ਨ ਕਰਾਂਗੇ, ਇਹ ਸਲੈਕਟ ਕਰਕੇ ਆਇਆ ਕੀ ਸਮਾਨ ਕਰਨਾ, ਠੀਕ ਹੈ। ਉੱਧਰ ਕੱਲ੍ਹ ਨੂੰ ਪਤਾ ਲੱਗੂਗਾ ਅਤੇ ਅੰਪੇਅਰ ਮੀਟਰ 'ਚ ਵੇਖੋ ਮਿੱਤਰੋ ਕਿਵੇਂ ਪਾਣੀ ਪਿਆ ਫਿਰ। ਇਹ 'ਚ ਬੱਲਬ ਲੱਗਾ ਹੁੰਦਾ ਤਾਂ ਹੁਣ ਸੁੱਕ ਜਾਣਾ ਸੀਗਾ, ਬੱਲਬ ਇਹਦਾ ਖਰਾਬ ਹੋਊਗਾ। ਕੋਈ ਨਾ ਚੈੱਕ ਕਰਾਂਗੇ ਸੈੱਟ ਕਰ ਦਿਆਂ। ਮਿੱਤਰੋ ਐਪ ਗੇਮਿੰਗ ਚੈਨਲ ਦੇ ਲਈ ਪ੍ਰੋਜੈਕਟ 'ਤੇ ਕੰਮ ਕਰ ਰਹੇ ਸੀ ਅਤੇ ਉਹਦਾ ਫਸਟ ਅਟੈਂਪਟ, ਮਤਲਬ ਉਹਦਾ ਇੱਕ ਟ੍ਰੇਲਰ ਜਾਊਗਾ 2 ਮਿੰਟ ਦਾ, ਉਹਦੇ 'ਚ ਮੇਰਾ ਵੋਇਸ ਓਵਰ ਆ ਅਤੇ ਜ਼ਿੰਦਗੀ 'ਚ ਪਹਿਲੀ ਵਾਰੀ ਵੋਇਸ ਓਵਰ ਕੀਤਾ ਸੜਿਆ ਜਾ, ਅਤੇ ਫਸਟ ਅਟੈਂਪਟ ਰਿਕਾਰਡ ਕਰ ਲਿਆ ਵਾ ਅਤੇ ਐਡਿਟ ਕਰਾਂਗੇ ਅਤੇ ਜਿੱਥੇ ਦੁਬਾਰਾ ਪੋਲਣ ਦੀ ਲੋੜ ਹੋਊਗੀ ਉੱਥੇ ਦੁਬਾਰਾ ਪੋਲਾਂਗੇ ਵੀ, ਠੀਕ ਹੈ। ਅਤੇ ਇਹ ਆਊਗਾ ਆਪਣੇ ਐਚ ਜੀ ਗੇਮਿੰਗ ਚੈਨਲ 'ਤੇ। ਬਹੁਤ ਬੰਦੇ ਮੈਨੂੰ ਕਹਿੰਦੇ ਆ ਕਿ ਬਾਈ ਜੀ ਡੀ ਏ ਦੀਆਂ ਵੀਡੀਓ, ਡੀ ਟੀ ਏ ਦੀਆਂ ਵੀਡੀਓ ਆਉਣਗੀਆਂ। ਹੁਣ ਜੋ ਲਿਖਿਆ ਸੀ ਰਿਕਾਰਡ ਕਰ ਲਿਆ, ਇਹ ਨਹੀਂ ਪਤਾ ਕਿੱਦਾਂ ਦਾ ਹੋਊਗਾ। ਉਹਦੇ 'ਚ ਮਿਊਜ਼ਿਕ ਲੱਗੂਗਾ, ਜੀ ਟੀ ਏ ਦਾ ਗੇਮ ਪਲੇ ਲੱਗੂਗਾ, ਲਟਰਮ ਬਟਰਮ ਲੱਗੂਗਾ। ਉਦੋਂ ਬਾਅਦ ਆਪਣੇ ਜੀ ਟੀ ਏ ਦੇ ਐਪੀਸੋਡ ਆਉਣਗੇ ਹਰੇਕ ਸੰਡੇ 7 ਵਜੇ ਨੂੰ। ਹਜੇ ਨਹੀਂ ਅਨਾਊਂਸ ਕਰੂੰਗਾ ਕਿ ਕਦੋਂ ਤੋਂ ਉਹ ਟ੍ਰੇਲਰ 'ਚ ਹੋਊਗਾ, ਅਤੇ ਜਦੋਂ ਟ੍ਰੇਲਰ ਬਣ ਜੂਗਾ, ਜੇ ਟ੍ਰੇਲਰ 'ਤੇ ਮੈਨੂੰ ਲੱਗਦਾ ਜੇ ਕੰਟੀਨਿਊਸਲੀ ਹੋਰ ਕੋਈ ਕੰਮ ਨਾ ਕਰਾਂ ਤਾਂ 2 ਦਿਨ ਲੱਗਣਗੇ, ਨਹੀਂ ਉਵੇਂ ਹਫ਼ਤਾ ਲਾ ਦੂੰਗਾ ਮੈਂ। ਅਤੇ ਜੇ ਮੈਂ ਨਾ ਸੌਣਾ ਹੋਵੇ ਤਾਂ ਮੈਂ 2 ਰਾਤਾਂ 'ਚ ਵੀ ਪੂਰਾ ਕਰ ਦੂੰ। ਅਤੇ ਪਰ ਮੇਨ ਚੀਜ਼ ਆ ਉਸ 'ਚ ਐਸ ਐਫ ਐਕਸ ਜੋ ਲੱਗਣਗੇ ਸਾਊਂਡ ਇਫੈਕਟ, ਉਹ ਕਿੰਨੀ ਕੁ ਲੈਣੀ ਦੇਣੀ ਕਰਦੇ ਆ, ਮਤਲਬ ਸਰੀਰ, ਠੀਕ ਹੈ, ਉਹ ਬਾਅਦ 'ਚ ਪਤਾ ਲੱਗੂ।